वाहिगुरु जी का खालसा, वाहिगुरु जी की फतेह। स्टेपिंग स्टोन पंजाबी रीडर 5 ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਮੈਂ ਅਰਸ਼ਿੰਦਰਪਾਲ ਕੌਰ ਅੱਜ ਤੁਹਾਡੇ ਲਈ ਪਾਠ ਨੰਬਰ 10 ਲੈ ਕੇ ਹਾਜ਼ਰ ਹਾਂ। ਚਲੋ ਚਲੀਏ, ਚਲੋ ਨਵਾਂ ਪਾਠ ਸਿੱਖੀਏ। ਪਿਛਲਾ ਪਾਠ ਪਾਠ ਨੰਬਰ 9 ਅਸੀਂ ਸਿੱਖਿਆ ਸੀ ਇੱਕ ਸਿੱਖ ਬੱਚਾ, ਅਤੇ ਅੱਜ ਅਸੀਂ ਸਿੱਖੀ ਦੀ ਪਛਾਣ ਪੱਗ, ਜਿਹੜਾ ਕਿ ਇੱਕ ਸਿੱਖ ਬੱਚਾ ਪੱਗ ਬੰਨਦਾ ਹੈ, ਕੇਸਕੀ ਬੰਨਦਾ ਹੈ, ਪਟਕਾ ਬੰਨਦਾ ਹੈ, ਸਿੱਖੀ ਦੀ ਪਛਾਣ ਪੱਗ ਟਰਬਨ ਬਾਰੇ ਸਿੱਖਾਂਗੇ। ਠੀਕ ਹੈ, ਸੋ ਹਮੇਸ਼ਾ ਦੀ ਤਰ੍ਹਾਂ ਪਹਿਲਾਂ ਅਸੀਂ ਵੋਕੈਬਲਰੀ ਵਰਡ ਸਿੱਖਦੇ ਹਾਂ ਤਾਂ ਜੋ ਸਾਨੂੰ ਪਾਠ ਸਿੱਖਣਾ ਸੌਖਾ ਹੋ ਜਾਵੇ। ਵੋਕੈਬਲਰੀ ਵਰਡਸ ਹੈਗੇ ਨੇ ਦੂਰੋਂ ਹੀ, ਫਰੋਮ ਫਾਰ ਅਵੇ, ਚਰਿੱਤਰ ਆਚਰਣ ਇਸ ਅਵਰ ਕਰੈਕਟਰ, ਰਾਈਟ, ਉੱਚਾ ਸੁੱਚਾ ਹਾਈ ਐਂਡ ਪਿਓਰ, ਆਤਮ ਵਿਸ਼ਵਾਸ, ਸੈਲਫ ਕੋਨਫੀਡੈਂਸ, ਵਿਸ਼ਵਾਸ, ਫੇਥ ਔਰ ਟਰਸਟ, ਬੰਨਣਾ ਟੂ ਟਾਈ, ਪਿਛਲੇ ਪਾਠ ਵਿੱਚ ਵੀ ਇਹ ਸ਼ਬਦ ਆਇਆ ਸੀ, ਲੜ ਫੋਲਸ, ਜਿਹੜੇ ਪੱਗ ਦੇ ਲੜ ਹੁੰਦੇ ਨੇ, ਠੀਕ, ਚੌਰਸ ਸਕੁਏਅਰ, ਸਰਦਾਰੀ ਲੀਡਰਸ਼ਿਪ, ਚਿੰਨ ਸਿੰਬਲ, ਕੁਰਬਾਨੀ ਸੈਕਰੀਫਾਈਸ, ਤਾਜ ਕਰਾਊਨ, ਧੋਖਾ ਡਿਸੀਟ, ਇਜਾਜ਼ਤ ਪਰਮਿਸ਼ਨ, ਮਹਾਨਤਾ ਇੰਪੋਰਟੈਂਸ, ਨੋਕ ਪੁਆਇੰਟ। ਠੀਕ, ਸੋ ਇਹ ਜਿਹੜੇ ਸ਼ਬਦ ਨੋਕ ਲੜ, ਠੀਕ ਹੈ, ਬੰਨਣਾ, ਇਹ ਸਾਰੇ ਪੱਗ ਦੇ ਨਾਲ ਸੰਬੰਧਿਤ ਆ। ਹੁਣ ਜਦੋਂ ਅਸੀਂ ਗੱਲ ਕਰਾਂਗੇ ਪੱਗ ਦੀ, ਤੇ ਤੁਸੀਂ ਇਹਨਾਂ ਨੂੰ ਹੋਰ ਚੰਗੀ ਤਰ੍ਹਾਂ ਵਿੱਚੋਂ ਤੁਹਾਨੂੰ ਸਮਝ ਆਏਗੀ ਇਹਨਾਂ ਸ਼ਬਦਾਂ ਦੀ। ਠੀਕ, ਪੱਗ, ਕੇਸਕੀ ਜਾਂ ਪਟਕੇ ਵਾਲੇ ਸਿੱਖ ਦੂਰੋਂ ਹੀ ਪਛਾਣੇ ਜਾਂਦੇ ਹਨ। ਪਟਕਾ, ਪੱਗ, ਕੇਸਕੀ ਜਾਂ ਦਸਤਾਰ ਦੋ ਕੰਮ ਕਰਦੇ ਹਨ, ਸਿੱਖਾਂ ਦੇ ਅਣਕੱਟੇ ਵਾਲਾਂ ਜਾਂ ਕੇਸਾਂ ਦੀ ਸੰਭਾਲ ਤੇ ਉਹਨਾਂ ਦੀ ਪਛਾਣ। ਠੀਕ ਹੈ, ਸੋ ਪੱਗ ਕਿਉਂ ਜ਼ਰੂਰੀ ਹੈ? ਸਾਡੇ ਜਿਹੜੇ ਲੰਮੇ ਕੇਸ ਆ ਉਹਨਾਂ ਨੂੰ ਢਕਣ ਵਾਸਤੇ, ਠੀਕ ਹੈ, ਤੇ ਨਾਲ ਹੀ ਸਿੱਖੀ ਦੀ ਪਛਾਣ ਹੈ ਪੱਗ। ਪਟਕਾ ਛੋਟੇ ਬੱਚੇ ਬੰਨਦੇ ਹਨ, ਪਟਕਾ 2 ਫੁੱਟ ਲੰਮਾ ਅਤੇ ਚੌਰਸ ਕੱਪੜਾ ਹੁੰਦਾ ਹੈ, ਇਸ ਦੇ ਚਾਰੇ ਕੋਨਿਆਂ ਤੇ ਤਣੀਆਂ ਲੱਗੀਆਂ ਹੁੰਦੀਆਂ ਹਨ, ਕੋਨੇ ਕਾਰਨਰਸ, ਤਣੀਆਂ ਸਟ੍ਰਿੰਗਸ ਜਿਹੜੀਆਂ ਲੱਗੀਆਂ ਹੁੰਦੀਆਂ, ਤੇ ਜਿਹੜੇ ਬੱਚੇ ਪਟਕਾ ਬੰਨਦੇ ਤੁਸੀਂ ਤਾਂ ਰੋਜ਼ ਪਟਕਾ ਬੰਨਦੇ ਹੋ, ਤੁਹਾਨੂੰ ਪਤਾ ਹੋਏਗਾ, ਪਰ ਜਿਹੜੇ ਬੱਚੇ ਪਟਕਾ ਨਹੀਂ ਬੰਨਦੇ ਉਹਨਾਂ ਨੂੰ, ਉਹਨਾਂ ਨੇ ਦੇਖਿਆ ਹੋਏਗਾ ਚੌਰਸ ਕੱਪੜਾ, ਸਕੁਏਅਰ ਕੱਪੜਾ, ਉਹਦੇ ਉੱਤੇ 4 ਸਟ੍ਰਿੰਗਸ ਹੁੰਦੀਆਂ, ਤੇ ਉਹ ਫਿਰ ਪਟਕਾ ਬੱਚੇ ਬੰਨਦੇ ਨੇ। ਠੀਕ ਹੈ, ਸੋ ਉਹਦੇ ਨਾਲ ਮਦਦ ਮਿਲਦੀ ਹੈ ਪਟਕਾ ਟਾਈਟ ਚੰਗੀ ਤਰ੍ਹਾਂ ਬੰਨਣ ਵਾਸਤੇ। ਤਣੀਆਂ ਪਟਕਾ ਬੰਨਣ ਵਿੱਚ ਕੰਮ ਆਉਂਦੀਆਂ ਹਨ, ਮੁੰਡੇ ਸਕੂਲ, ਪਾਰਕ ਜਾਂ ਗੁਰਦੁਆਰੇ ਜਾਣ ਵੇਲੇ ਪਟਕਾ ਬੰਨਦੇ ਹਨ, ਪਟਕਾ ਬੰਨਣਾ ਸੌਖਾ ਹੁੰਦਾ ਹੈ। ਸੋ ਇਹ ਤੁਸੀਂ ਦੇਖ ਰਹੇ ਹੋ, ਇਹ ਬੱਚੇ ਨੇ, ਪਿਆਰੇ ਜਿਹੇ ਬੱਚੇ ਨੇ ਪਟਕਾ ਬੰਨਿਆ ਹੋਇਆ ਹੈ, ਤੇ ਇੱਥੇ ਇਹਨਾਂ ਨੇ ਕੇਸਕੀ ਬੰਨੀ ਹੋਈ ਹੈ। ਠੀਕ ਹੈ, ਸੋ ਇਹਨਾਂ ਦੀ ਕੇਸਕੀ ਜ਼ਿਆਦਾ ਗੋਲ ਲੜਾਂ ਵਾਲੀ ਹੈ। ਸੋ ਇਹ ਜਿਹੜੀ ਪੱਗ ਹੈ, ਸੋ ਇਹ ਕੁਛ ਕੁਛ ਭੁਲੇਖਾ ਪੱਗ ਦਾ ਪਾਉਂਦੀ ਹੈ, ਰਾਈਟ, ਸੋ ਇਹ ਵਾਲੀ ਜਿਹੜੀ ਪੱਗ ਲੜਾਂ ਵਾਲੀ ਪੱਗ ਹੈ ਨਾ, ਸੋ ਕਿੰਨੇ ਪਿਆਰੇ ਬੱਚਾ ਹੈ ਜਿਹਨੇ ਸੋਹਣੀ ਦਸਤਾਰ ਪੱਗ ਸਜਾਈ ਹੋਈ ਹੈ। ਠੀਕ, ਕੇਸਕੀ ਛੋਟੀ ਗੋਲ ਲੜਾਂ ਵਾਲੀ ਹੁੰਦੀ ਹੈ, ਕੁੜੀਆਂ ਮੁੰਡੇ ਆਦਮੀ ਅਤੇ ਔਰਤਾਂ ਸਭ ਹੀ ਕੇਸਕੀ ਬੰਨ ਸਕਦੇ ਹਨ। 5 ਮੀਟਰ ਪੱਗ 5 ਮੀਟਰ ਜਾਂ ਜ਼ਿਆਦਾ ਲੰਮੀ ਹੁੰਦੀ ਹੈ, 5 ਜਾਂ 7 ਲੜਾਂ ਦੀ ਹੁੰਦੀ ਹੈ, ਡਿਪੈਂਡ ਕਰਦਾ ਕਿੰਨੀ ਲੰਮੀ ਪੱਗ, ਕਿੰਨੇ ਲੜਾਂ ਵਾਲੀ ਪੱਗ ਤੁਸੀਂ ਬੰਨਣੀ, ਉਸ ਹਿਸਾਬ ਨਾਲ ਪੱਗ ਦੀ ਲੈਂਥ ਹੁੰਦੀ ਹੈ, ਲੰਬਾਈ ਹੁੰਦੀ ਹੈ। ਇਸ ਦੇ ਬੰਨਣ ਦਾ ਤਰੀਕਾ ਕੇਸਕੀ ਨਾਲੋਂ ਵੱਖਰਾ ਹੁੰਦਾ ਹੈ। ਠੀਕ, ਪੱਗ ਨੋਕ ਵਾਲੀ ਹੁੰਦੀ ਹੈ, ਪੱਗ ਮੁੰਡੇ ਜਾਂ ਆਦਮੀ ਬੰਨਦੇ ਹਨ, ਸ਼ੁਰੂ ਸ਼ੁਰੂ ਵਿੱਚ ਪੱਗ ਨਾਲ ਕੰਨ ਦੁਖਣ ਲੱਗ ਜਾਂਦੇ ਹਨ, ਜਦੋਂ ਤੁਹਾਨੂੰ ਹਾਲੇ ਆਦਤ ਨਹੀਂ ਹੋਈ ਹੁੰਦੀ, ਸੋ ਉਦੋਂ। ਪੱਗ ਸਿਰਫ ਇੱਕ ਕੱਪੜਾ ਹੀ ਨਹੀਂ, ਇਹ ਸਿੱਖਾਂ ਦੇ ਸਿਰ ਉੱਤੇ ਸਜਿਆ ਤਾਜ ਹੈ। ਤਾਜ ਅਸੀਂ ਕੀ ਕਿਹਾ ਸੀ? ਕਰਾਊਨ। ਤਾਜ ਰਾਜੇ ਮਹਾਰਾਜੇ ਪਾਉਂਦੇ ਹਨ, ਉਹਨਾਂ ਦੇ ਤਾਜ ਹਜ਼ਾਰਾਂ ਲੱਖਾਂ ਲੋਕਾਂ ਨੂੰ ਮਾਰ ਕੇ ਜਿੱਤੇ ਜਾਂਦੇ ਹਨ, ਉਹਨਾਂ ਨੂੰ ਆਪਣਾ ਰਾਜ ਕਾਇਮ ਕਰਨ ਲਈ ਕਿਤੇ ਕਿਸੇ ਹੋਰ ਦੇਸ਼ ਤੇ
कब्जा करना पैंदा, लखां लोकां दी मौत हुंदी उहदे विच। सो इस तरह करके वह अपने राज नूं अगे वधाउंदे जांदे आ ते उहनां दे क्राउन इस तरह उहनां नूं मिले हुंदे आ। पर सिखां दा ताज गुरु गोबिंद सिंह जी ने अपने सारे परिवार की कुरबानी दे के सानू दिता। तुहानूं बहुत सारे बच्चों नूं पता होएगा कि गुरु साहब ने अपने चारे साहबजादे, अपने पिता जी, अपने माता जी ते अपने सारे सुख आराम ते होर अपने आप नूं कुरबान किया दस्तार वास्ते, तुहानूं सोहना नवा रूप देण वास्ते। ਇਹ ਉੱਚਾ ਸੁੱਚਾ ਤਾਜ ਹੈ, ਇਸ ਦੀ ਇੱਜ਼ਤ ਕਰਨਾ ਸਾਡਾ ਫਰਜ਼ ਹੈ। ਪਟਕੇ ਜਾਂ ਪੱਗ ਨੂੰ ਬਿਨਾਂ ਇਜਾਜ਼ਤ ਦੇ ਹੱਥ ਨਹੀਂ ਲਾਉਣਾ ਚਾਹੀਦਾ, ਕਿਉਂਕਿ ਇਸ ਦੇ ਨਾਲ ਇੱਕ ਸਿੱਖ ਦੀਆਂ ਭਾਵਨਾਵਾਂ ਹਰਟ ਹੁੰਦੀਆਂ। ਠੀਕ ਹੈ, ਇਹ ਸਿੱਖ ਦੀ ਇੱਜ਼ਤ ਹੈ, ਉਸਦਾ ਮਾਣ ਹੈ। ਦਸਤਾਰ ਸਿੱਖਾਂ ਦਾ ਪਹਿਰਾਵਾ ਹੈ, ਸਿੱਖਾਂ ਦੀ ਦਸਤਾਰ ਚੜ੍ਹਦੀ ਕਲਾ, ਆਤਮ ਵਿਸ਼ਵਾਸ ਅਤੇ ਸਰਦਾਰੀ ਦਾ ਚਿੰਨ੍ਹ ਹੈ। ਸਿੱਖਾਂ ਦੀ ਦਸਤਾਰ ਉਹਨਾਂ ਦੇ ਉੱਚੇ ਚਰਿੱਤਰ ਦੀ ਪਛਾਣ ਹੈ। ਇੱਕ ਸਿੱਖ ਦੀ ਪੱਗ ਦੇਖ ਕੇ ਲੋਕ ਸਮਝ ਜਾਂਦੇ ਹਨ ਕਿ ਇਹਨਾਂ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਗੁਰੂ ਦੇ ਸੱਚੇ ਸਿੱਖ ਕਿਸੇ ਨੂੰ ਧੋਖਾ ਨਹੀਂ ਦਿੰਦੇ, ਸਭ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਇੰਡੀਆ ਵਿੱਚ ਮਾਂ ਬਾਪ ਆਪਣੀਆਂ ਧੀਆਂ ਨੂੰ ਕਹਿੰਦੇ ਹਨ ਕਿ ਜੇਕਰ ਬਾਹਰ ਕਿਸੇ ਕੋਲੋਂ ਡਰ ਲੱਗੇ ਤਾਂ ਕਿਸੇ ਸਿੱਖ ਦੀ ਮਦਦ ਲੈਣੀ ਹੈ। ਸੋ ਇਹ ਗੱਲ ਸੁਣ ਕੇ ਸਾਡੇ 'ਤੇ ਹੋਰ ਵੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਚੰਗੇ ਬਣਨਾ। ਠੀਕ, ਸਿੱਖਾਂ ਅਤੇ ਸਿੱਖੀ ਦੀ ਸ਼ਾਨ ਬਾਰੇ ਬੱਲੀ ਸੱਗੂ ਦਾ ਇਹ ਪੰਜਾਬੀ ਗਾਣਾ ਹੈ, ਰੱਬ ਵਰਗੇ ਇਹਨਾਂ ਦੇ ਜੇਰੇ, ਪੰਜਾਬੀਆਂ ਦੀ ਸ਼ਾਨ ਵੱਖਰੀ, ਲੋਕ ਦੁਨੀਆਂ 'ਚ ਵੱਸਦੇ ਬਥੇਰੇ, ਪੰਜਾਬੀਆਂ ਦੀ ਸ਼ਾਨ ਵੱਖਰੀ। ਠੀਕ ਹੈ, ਸੋ ਯੂ ਹੈਵ ਮੀਨਿੰਗ ਹੀਅਰ ਫੋਰ ਦਿਸ ਗਾਣਾ, ਰਾਈਟ? ਸੋ ਕਹਿਣ ਦਾ ਮਤਲਬ ਕਿ ਪੰਜਾਬੀਆਂ ਦੀ ਸ਼ਾਨ ਵੱਖਰੀ ਆ, ਉਹ ਦੁਨੀਆਂ ਤੋਂ ਵੱਖਰੇ ਆ, ਕਿਉਂਕਿ ਇਹ ਬਹੁਤ ਬਹਾਦਰ ਆ ਅਤੇ ਚੰਗੇ ਇਰਾਦੇ ਵਾਲੇ, ਚੰਗੇ ਕੰਮ ਕਰਨ ਵਾਲੇ ਆ। ਪੰਜਾਬੀ ਸਿੱਖ ਜਿਹੜੇ ਖਾਸ ਤੌਰ 'ਤੇ ਸਿੱਖਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੇ ਕੋਈ ਵੀ ਇਨਸਾਨ ਵੈਸੇ ਚੰਗਾ ਹੋ ਸਕਦਾ, ਪਰ ਇੱਥੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ, ਉਹਦੀ ਅਸੀਂ ਗੱਲ ਕਰ ਰਹੇ ਹਾਂ। ਠੀਕ, ਅਸੀਂ ਕਿਸੇ 'ਤੇ ਸ਼ੱਕ ਨਹੀਂ ਕਰਦੇ ਕਿ ਕੁਝ ਲੋਕ ਚੰਗੇ ਨਹੀਂ, ਪਰ ਅਸੀਂ ਇੱਥੇ ਸਿੱਖਾਂ ਦੀ ਪੱਗ ਬਾਰੇ ਗੱਲ ਕਰਦੇ ਹਾਂ ਅਤੇ ਉਹਨਾਂ ਬਾਰੇ ਜੋ ਲੋਕਾਂ ਦਾ ਵਿਸ਼ਵਾਸ ਹੈ ਉਹਦੀ ਗੱਲ ਕਰ ਰਹੇ ਹਾਂ ਇਸ ਕਰਕੇ। ਠੀਕ, ਸੋ ਬੱਚਿਓ, ਅਸੀਂ ਇੱਥੇ ਜਿਹੜੀਆਂ ਵੋਕੈਬਲਰੀ ਵਰਡ ਆਇਆ ਚੜ੍ਹਦੀ ਕਲਾ, ਹੈ ਨਾ, ਸੋ ਇਟਸ ਅ ਬਿਗ ਵਰਡ, ਹੈ ਨਾ, ਇਹਦਾ ਬੜਾ ਵੱਡਾ ਮਤਲਬ ਹੈ। ਸੋ ਉਹ ਤੁਸੀਂ ਇੱਥੇ ਇੰਗਲਿਸ਼ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਹੋਇਆ ਕਿ ਇੱਕ ਜਿਹੜਾ ਅਮੇਜ਼ਿੰਗ ਵਰਡ ਹੈ ਸਿੱਖੀ ਦੇ ਵਿੱਚ ਚੜ੍ਹਦੀ ਕਲਾ, ਅਤੇ ਇਹਦਾ ਕੋਨਸੈਪਟ ਜਿਹੜਾ ਹੈਗਾ ਉਹ ਕੀ ਹੈਗਾ, ਉਹ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜ੍ਹੋਗੇ ਅਤੇ ਚੜ੍ਹਦੀ ਕਲਾ ਵਿੱਚ ਰਹਿ ਕੇ ਖੁਸ਼ ਰਹੋਗੇ। ਠੀਕ ਹੈ, ਰਿਸਰਚ ਪ੍ਰੋਜੈਕਟ ਜਿਹੜਾ ਤੁਹਾਡਾ ਹੈਗਾ, ਫਾਈਂਡ ਪੱਗ ਸਟਾਈਲਸ ਆਲ ਓਵਰ ਦਾ ਵਰਲਡ ਐਂਡ ਫਰੋਮ ਡਿਫਰੈਂਟ ਰਿਲੀਜਨਸ, ਡਰਾ ਪ੍ਰਿੰਟ ਦਾ ਪਿਕਚਰ ਆਫ ਡਿਫਰੈਂਟ ਸਟਾਈਲਸ। ਸੋ ਇਹ ਪੱਗ ਬਾਰੇ ਰਿਸਰਚ ਕਰਨੀ ਤੁਹਾਡਾ ਜਿਹੜਾ ਹੈਗਾ ਰਿਸਰਚ ਪ੍ਰੋਜੈਕਟ ਆ। ਠੀਕ ਹੈ, ਸੋ ਹੁਣ ਆਪਾਂ ਅੱਗੇ ਚੱਲਦੇ ਹਾਂ। ਠੀਕ, ਅਤੇ ਅੱਗੇ ਹੋਮਵਰਕ ਬਾਰੇ ਗੱਲ ਕਰਦੇ ਹਾਂ। ਸੋਮਵਾਰ ਘਰ ਦਾ ਕੰਮ, ਰਾਈਟ ਪਲੂਰਲਸ ਵਿਦ ਦੀਜ਼ ਵਰਡਸ, ਯੂਜ਼ ਦੀਜ਼ ਰੂਲਸ। ਸੋ ਤੁਹਾਨੂੰ ਇੰਗਲਿਸ਼ ਦੇ ਵਿੱਚ ਪਤਾ ਹੈ ਤੁਸੀਂ ਪਲੂਰਲ ਕਿਸ ਤਰ੍ਹਾਂ ਵਧਾਉਂਦੇ ਹੋ, ਰਾਈਟ, ਵਨ ਟੂ ਮੈਨੀ ਕਿਸ ਤਰ੍ਹਾਂ ਬਣਦੇ ਨੇ, ਅਤੇ ਇੱਥੇ ਛੋਟਾ ਜਿਹਾ ਗ੍ਰੈਮਰ ਦਾ ਰੂਲ ਦਿੱਤਾ ਗਿਆ ਹੈ ਕਿ ਸਿੰਗੂਲਰ ਟੂ ਪਲੂਰਲ ਰੂਲਸ ਜਿਹੜੇ ਹੈਗੇ ਆ ਉਹ ਕਿਸ ਤਰ੍ਹਾਂ ਅਸੀਂ ਬਣਾਉਂਦੇ ਹਾਂ। ਵੈਨ ਸਮ ਫੈਮਿਨਨ ਨਾਊਨਸ ਐਂਡ ਇਨ ਅ ਮੁਕਤਾ, ਮੁਕਤਾ ਮੀਨਸ ਦੇਰ ਇਜ਼ ਨੋ ਮਾਤਰਾ ਆਫਟਰ ਦਿਸ, ਰਾਈਟ, ਵੀ ਐਡ ਅ ਕੰਨਾ ਐਂਡ ਬਿੰਦੀ ਟੂ ਮੇਕ ਦੀਸ ਪਲੂਰਲ, ਲੱਤ, ਲੈਗ, ਹੈ ਨਾ, ਲੱਤਾਂ ਜਿਹੜੀਆਂ, ਲੈਗਸ, ਹੈ ਨਾ। ਸੋ ਇਹ ਅੱਗੇ ਸ਼ਬਦ ਨੇ ਜਿਹੜੇ ਕਿ ਮੁਕਤਾ ਦੇ ਵਿੱਚ ਐਂਡ ਹੁੰਦੇ ਨੇ, ਫੈਮਿਨਨ ਨਾਊਨਸ, ਅਤੇ ਤੁਸੀਂ ਇਹਨਾਂ ਬਾਰੇ ਇਹਨਾਂ ਨੂੰ ਬਣਾਓਗੇ ਇਸ ਤਰ੍ਹਾਂ ਕਰਕੇ, ਸ਼ਾਨ, ਸ਼ਾਨਾ ਅਤੇ ਬਾਕੀ ਦੇ ਇਸ ਤਰ੍ਹਾਂ। ਠੀਕ, ਇਹ ਰੂਲ ਫੋਲੋ ਕਰਦੇ ਹਾਂ। ਫਿਰ ਉਸ ਤੋਂ ਬਾਅਦ ਇੱਕ ਹੋਰ ਸਾਡੇ ਕੋਲ ਵਰਡ ਜਿਹੜਾ ਹੈਗਾ ਫੈਮਿਨਨ ਨਾਊਨ ਆ, ਇਸ ਐਂਡਿੰਗ ਇਨ ਕੰਨਾ ਐਂਡ ਬਿੰਦੀ, ਗਾਂ। ਸੋ ਉਹਨੂੰ ਅਸੀਂ ਕਿਸ ਤਰ੍ਹਾਂ ਪਲੂਰਲ ਬਣਾਉਂਦੇ ਹਾਂ, ਸੋ ਅਸੀਂ ਜਿਹੜਾ ਕੰਨਾ ਅਤੇ ਬਿੰਦੀ ਹਟਾ ਕੇ ਪਹਿਲਾਂ, ਫਿਰ ਉਸ ਤੋਂ ਬਾਅਦ ਇੱਕ ਕੰਨਾ ਲਗਾ ਕੇ, ਗਾ ਵਾਵੇ ਕੰਨਾ,
ਉੱਤੇ ਬਿੱਦੀ ਲਗਾ ਕੇ ਇਹਨੂੰ ਅਸੀਂ ਬਣਾਉਂਦੇ ਹਾਂ ਪਲੂਰਲ, ਠੀਕ। ਸੋ ਉਹ ਤੁਹਾਡੇ ਵਾਸਤੇ ਰੂਲ ਲਿਖਿਆ ਹੋਇਆ ਅਤੇ ਤੁਸੀਂ ਉਹਦੇ ਹਿਸਾਬ ਨਾਲ ਜਿਸ ਤਰ੍ਹਾਂ ਭਾਵਨਾ ਭਾਵਨਾਵਾਂ, ਸੋ ਇਸ ਤਰ੍ਹਾਂ ਦੇ ਜੇ ਕੋਈ ਹੋਰ ਵਰਡ ਇਸ ਤਰ੍ਹਾਂ ਆਵੇ ਤਾਂ ਤੁਸੀਂ ਉਹਨੂੰ ਇਸ ਤਰ੍ਹਾਂ ਬਣਾ ਸਕਦੇ ਹੋ। ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਪੰਜਾਬੀ ਵਿੱਚ ਲਿਖੋ, ਠੀਕ। ਸਿੱਖਾਂ ਦੀ ਪੱਗ ਦੇਖ ਕੇ ਲੋਕ ਕੀ ਸਮਝਦੇ ਹਨ, ਠੀਕ ਹੈ। ਸੋ ਉਹ ਤੁਸੀਂ ਇਹ ਪਾਠ ਪੜੋਗੇ ਦੁਬਾਰਾ, ਦੁਬਾਰਾ ਸੁਣੋਗੇ ਪਾਠ, ਅਤੇ ਫਿਰ ਤੁਹਾਨੂੰ ਉਹਦਾ ਆਂਸਰ ਉਹਦੇ ਵਿੱਚ ਮਿਲੇਗਾ ਕਿ ਉਹਨਾਂ 'ਤੇ ਵਿਸ਼ਵਾਸ ਕੀਤਾ ਜਾ ਸਕਦਾ। ਸਿੱਖ ਸੱਚੇ ਹੁੰਦੇ ਹਨ, ਸਿੱਖ ਬਹਾਦਰ ਹੁੰਦੇ ਹਨ, ਸਿੱਖ ਹਰ ਇੱਕ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ, ਹੈ ਨਾ। ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਉੱਥੇ ਪੜ੍ਹ ਕੇ ਦੁਬਾਰਾ ਜਾਂ ਪਾਠ ਨੂੰ ਸੁਣ ਕੇ ਦੇਖਣਾ। ਲੋਕ ਸਿੱਖਾਂ 'ਤੇ ਯਕੀਨ ਕਿਉਂ ਕਰਦੇ ਹਨ, ਠੀਕ ਹੈ। ਸੋ ਇਹਦਾ ਆਂਸਰ ਤੁਹਾਨੂੰ ਉੱਥੋਂ ਪਾਠ ਵਿੱਚੋਂ ਮਿਲੇਗਾ। ਲੋਕਾਂ ਨੂੰ ਸਿੱਖਾਂ ਦੇ ਪਟਕੇ ਜਾਂ ਪੱਗ ਨੂੰ ਹੱਥ ਕਿਉਂ ਨਹੀਂ ਲਾਉਣਾ ਚਾਹੀਦਾ, ਠੀਕ ਹੈ। ਸੋ ਇੱਕ ਸਿੱਖਾਂ ਦਾ ਇਹ ਤਾਜ ਹੁੰਦਾ ਹੈ, ਕਰਾਊਨ ਹੁੰਦਾ ਹੈ, ਠੀਕ ਹੈ। ਉਹਨਾਂ ਦੀ ਇੱਜ਼ਤ ਦਾ ਪ੍ਰਤੀਕ ਹੁੰਦਾ, ਸਿੰਬਲ ਹੁੰਦਾ, ਠੀਕ। ਸੋ ਵਟ ਇਜ਼ ਦਾ ਮੀਨਿੰਗ ਆਫ ਚੜ੍ਹਦੀ ਕਲਾ? ਹੈਵ ਯੂ ਸੀਨ ਐਨੀ ਵਨ ਇਨ ਚੜ੍ਹਦੀ ਕਲਾ? ਡਿਸਕ੍ਰਾਈਬ ਦੇਅਰ ਬਿਹੇਵੀਅਰ। ਸੋ ਤੁਸੀਂ ਚੜ੍ਹਦੀ ਕਲਾ ਬਾਰੇ ਪਿਛਲੇ ਪੰਨੇ 'ਤੇ ਪੜ੍ਹਨਾ ਅਤੇ ਉਹਦੇ ਬਾਰੇ ਲਿਖਣਾ, ਅਤੇ ਫਿਰ ਜੇ ਕਿਸੇ ਨੂੰ ਜਾਣਦੇ ਹੋ ਜਿਹੜਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ, ਤੁਹਾਡਾ ਕੋਈ ਦੋਸਤ ਕੋਈ ਵੱਡਾ ਘਰ ਦੇ ਵਿੱਚ, ਤਾਂ ਤੁਸੀਂ ਉਹਨਾਂ ਬਾਰੇ ਲਿਖ ਸਕਦੇ ਹੋ। ਮੰਗਲਵਾਰ ਘਰ ਦਾ ਕੰਮ ਹਮੇਸ਼ਾ ਦੀ ਤਰ੍ਹਾਂ, ਜਿਸ ਤਰ੍ਹਾਂ ਆਪਾਂ ਇੱਕ ਦਿਨ ਜ਼ਰੂਰ ਕਰਦੇ ਹਾਂ ਇਹ ਕਿ ਟਾਈਮਰ ਸੈੱਟ ਕਰਕੇ ਤੁਸੀਂ ਐਸੇ ਪੜ੍ਹਦੇ ਹੋ, ਤੁਹਾਨੂੰ ਕਿੰਨਾ ਸਮਾਂ ਲੱਗਿਆ, ਤੁਸੀਂ ਉਹਨੂੰ ਰਿਕਾਰਡ ਕਰਦੇ ਹੋ। ਸੋ ਇਹ ਜਿਹੜਾ ਰਿਕਾਰਡ ਕਰਨਾ, ਇਹ ਤੁਹਾਨੂੰ ਹੈਲਪ ਕਰੇਗਾ ਅੱਗੇ ਕਿ ਤੁਸੀਂ ਕਿੱਥੋਂ ਸ਼ੁਰੂ ਹੋਏ ਸੀ, ਇੱਕ ਮਿੰਟ ਵਿੱਚ ਕਿੰਨੇ ਸ਼ਬਦ ਪੜ੍ਹਿਆ ਕਰਦੇ ਸੀ ਅਤੇ ਹੁਣ ਤੁਸੀਂ ਕਿੱਥੇ ਪਹੁੰਚ ਗਏ ਹੋ। ਇਹਦੇ ਨਾਲ ਤੁਹਾਨੂੰ ਖੁਸ਼ੀ ਮਿਲੇਗੀ, ਤੁਹਾਨੂੰ ਉਤਸ਼ਾਹ ਮਿਲੇਗਾ ਕਿ ਤੁਸੀਂ ਇਨਕਰੇਜ ਫੀਲ ਕਰੋਗੇ, ਰਾਈਟ, ਕਿ ਤੁਸੀਂ ਅੱਗੇ ਨਾਲੋਂ ਬਿਹਤਰ ਹੋ ਗਏ ਹੋ, ਬੈਟਰ ਹੋ ਗਏ ਹੋ ਰੀਡਿੰਗ ਦੇ ਵਿੱਚ, ਤੁਹਾਡੀ ਫਲੂਐਂਸੀ ਵੱਧ ਗਈ ਹੈ, ਠੀਕ ਹੈ। ਬੁੱਧਵਾਰ ਘਰ ਦਾ ਕੰਮ ਜਿਹੜੇ ਹੈਗਾ, ਇੱਧਰ ਤੁਹਾਡੇ ਕੋਲ ਦਿੱਤੇ ਹੋਏ ਨੇ ਸੈਂਟੈਂਸ ਸਟਰਕਚਰ ਜਿਹੜਾ, ਉਹਦੇ ਨਾਲ ਤੁਸੀਂ ਦੂਸਰੇ ਪਾਰਟ ਨੂੰ ਜੋੜੋਗੇ, ਜਿੱਦਾਂ ਮੁੰਡੇ ਸਿਰ ਅਤੇ ਜੂੜੇ ਨੂੰ ਇੱਧਰ ਤੁਸੀਂ ਦੇਖੋਗੇ ਪਟਕੇ ਨਾਲ ਢੱਕ ਕੇ ਰੱਖਦੇ ਹਨ, ਠੀਕ ਹੈ। ਸੋ ਔਰਤਾਂ ਵੀ ਸਿਰ ਅਤੇ ਜੂੜੇ ਨੂੰ ਕੇਸਕੀ ਜਾਂ ਦਸਤਾਰ ਨਾਲ ਢੱਕ ਕੇ ਰੱਖਦੀਆਂ ਹਨ। ਸੋ ਇਸ ਤਰ੍ਹਾਂ ਕਰਕੇ ਬਾਕੀ ਵੀ ਤੁਸੀਂ ਪਾਠ ਫਿਰ ਪੜੋਗੇ ਤੇ ਤੁਸੀਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਸ਼ਬਦ ਜਿਹੜਾ ਇਹ ਹਾਫ ਸੈਂਟੈਂਸ ਆ, ਦੂਸਰੇ ਕਿਹੜੇ ਸੈਂਟੈਂਸ ਦੇ ਨਾਲ ਹਾਫ ਪਾਰਟ ਜਿਹੜਾ ਦੂਸਰੇ ਪਾਸੇ ਲਿਖਿਆ ਕਿਹਦੇ ਨਾਲ ਮੈਚ ਕਰਦਾ, ਤੁਸੀਂ ਉਹ ਲਿਖੋਗੇ, ਠੀਕ ਹੈ। ਸੋ ਅਸੀਂ ਗਿਣਤੀ ਸਿੱਖਦੇ ਹੁੰਦੇ ਹਾਂ ਤੇ ਉਹਦੇ ਵਿੱਚ ਤੁਸੀਂ ਦੇਖੋ ਕਿ ਕੁਛ ਵਰਡਸ ਇੱਥੇ ਦਿੱਤੇ ਨੇ ਜਿਹੜੇ ਦੋ ਦੋ ਵਾਰੀ ਲਿਖਿਆ। ਤੁਸੀਂ ਸੋਚੋਗੇ ਕਿ ਵਰਡ ਦੋ ਵਾਰੀ ਕਿਉਂ ਲਿਖਿਆ ਹੈ, ਨੰਬਰ ਵਰਡ, ਠੀਕ ਹੈ। ਸੋ ਇਹ ਕਿਉਂਕਿ ਦੋ ਤਰੀਕੇ ਨਾਲ ਲਿਖਿਆ ਜਾਂਦਾ ਹੈ ਤੇ ਦੋਨੋਂ ਤਰੀਕੇ ਨਾਲ ਠੀਕ ਮੰਨਿਆ ਜਾਂਦਾ ਹੈ ਇਸ ਕਰਕੇ। ਸੋ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ ਦੋਵਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਸੌਖਾ ਲੱਗੇ। ਜਿਸ ਤਰ੍ਹਾਂ ਇਕਾਠ ਇਹ ਪੈਰ ਹਾਹਾ ਦੇ ਨਾਲ ਹੈਗਾ ਤੇ ਜਿਹੜਾ ਅਦਰਵਾਈਜ਼ ਲਿਖਿਆ ਹੋਇਆ ਨੈਕਸਟ ਇਕਾਠ ਜਸਟ ਬਿਨਾਂ ਪੈਰ ਹਾਹਾ ਤੋਂ, ਬਾਹਠ ਬਾਹਠ ਇਹ ਅੱਧੇ ਹਾਹੇ ਨਾਲ ਤੇ ਪੂਰੇ ਹਾਹੇ ਨਾਲ, ਤ੍ਰੇਹਠ ਤੇ ਤ੍ਰੇਹਠ, ਰਾਈਟ। ਸੋ ਸਮਟਾਈਮ ਪੂਰੇ ਹਾਹੇ ਨਾਲ ਵੀ ਲਿਖਿਆ ਮਿਲਦਾ। ਸੋ ਇਸ ਤਰ੍ਹਾਂ ਕਰਕੇ ਤੁਸੀਂ ਇਹਨਾਂ ਨੂੰ ਦੇਖਣਾ, ਜਿਹੜਾ ਤੁਹਾਨੂੰ ਸੌਖਾ ਲੱਗੇ ਤੁਸੀਂ ਉਹਨੂੰ ਚੁਣ ਸਕਦੇ ਹੋ। ਚੌਂਹਠ ਪੈਂਹਠ ਪੈਂਹਠ, ਛਿਆਹਠ ਛਿਆਹਠ ਛਿਆਹਠ, ਯੂ ਨੋ ਤਿੰਨ ਤਰ੍ਹਾਂ ਨਾਲ ਜਿੱਦਾਂ ਲਿਖਿਆ ਹੋਇਆ, ਸਤਾਹਠ ਸਤਾਹਠ ਐਂਡ ਸਤਾਹਠ ਐਂਡ ਅਠਾਹਠ। ਸੋ ਬਹੁਤਾ ਫਰਕ ਨਹੀਂ ਹੈ ਕਿਸ ਤਰ੍ਹਾਂ ਤੁਸੀਂ ਬੋਲਦੇ ਹੋ ਉਹਦੇ 'ਤੇ ਡਿਪੈਂਡ ਕਰਦਾ, ਪਰ ਤੁਸੀਂ ਇਹਨਾਂ ਨੂੰ ਜਿਹੜਾ ਤੁਹਾਨੂੰ ਆਸਾਨ ਲੱਗੇ ਉਹਨੂੰ ਵਰਤ ਸਕਦੇ ਹੋ। ਛਿਆਲੀ ਸੰਤਾਲੀ ਅਠਤਾਲੀ ਉਣੰਜਾ ਪੰਜਾਹ ਇਕਵੰਜਾ ਬਵੰਜਾ ਤਰਵੰਜਾ ਚੁਰੰਜਾ ਪਚਵੰਜਾ ਛਪੰਜਾ ਸਤਵੰਜਾ ਅਠਵੰਜਾ ਉਨਾਹਠ ਅਤੇ ਸੱਠ। ਸੋ ਇਹ ਗਿਣਤੀ ਦੇ ਜਿਹੜੇ ਸਨ ਤੁਹਾਡੇ ਸ਼ਬਦਾਂ ਦੇ ਵਿੱਚ ਤੁਸੀਂ ਲਿਖਦੇ ਹਾਂ, ਠੀਕ ਹੈ ਜੀ। ਸੋ ਹੁਣ ਅੱਜ ਇੰਨਾ ਹੀ, ਅਤੇ ਤੁਸੀਂ ਹੁਣ ਇੱਕ ਸਿੱਖ ਬੱਚੇ ਅਤੇ ਇੱਕ ਜਿਹੜਾ ਸਿੱਖ ਬੱਚਾ ਉਹ ਪੱਗ ਬੰਨਦਾ ਹੈ, ਰਾਈਟ, ਉਸ ਪੱਗ ਬਾਰੇ ਅੱਜ ਆਪਾਂ ਦਸਤਾਰ ਬਾਰੇ ਇਸ ਪਾਠ ਵਿੱਚ ਸਿੱਖਿਆ, ਅਤੇ ਤੁਹਾਨੂੰ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ ਇਹ ਪਾਠ, ਅਤੇ ਤੁਸੀਂ ਨਵੀਆਂ ਗੱਲਾਂ ਸਿੱਖੀਆਂ ਹੋਣਗੀਆਂ, ਇਹਨੂੰ ਪ੍ਰੈਕਟਿਸ ਕਰਨਾ ਅਗਲੇ ਪਾਠ ਤੱਕ, ਠੀਕ। ਅਤੇ ਰੋਜ਼ ਘਰ ਦਾ ਕੰਮ ਕਰਿਆ ਕਰੋ ਚੰਗੀ ਤਰ੍ਹਾਂ, ਆਪਣੀ ਪੰਜਾਬੀ ਹਰ ਰੋਜ਼ ਆਦਤ ਬਣਾ ਕੇ ਹਰ ਰੋਜ਼
5-7 मिनट जरूर पढ़िया करो जदों काम करदे हो, ते तुहानू पंजाबी सीखण विच बहुत आसानी होएगी फिर। ठीक है जी, हुण इन्ना ही। वाहिगुरू जी का खालसा, वाहिगुरू जी की फतेह।